ਇਹ ਹਨ ਬਰਨਾਲਾ ਦੇ ਰਹਿਣ ਵਾਲੇ ਦੀਪਕ ਗੋਇਲ। ਕੋਰੋਨਾ ਵਾਇਰਸ ਮਹਾਮਾਰੀ ਦੌਰਾਨ ਆਮਦਨ ਵਧਾਉਣ ਲਈ ਸਹਾਇਕ ਧੰਦਾ ਕਰਨ ਦਾ ਵਿਚਾਰ ਕਰ ਰਹੇ ਸਨ ਅਤੇ ਫਿਰ ਇਹਨਾਂ ਨੇ ਬਟਨ ਮਸ਼ਰੂਮ ਦੀ ਇਨਡੋਰ ਯੂਨਿਟ ਲਗਾ ਲਈ। ਇਸ ਯੂਨਿਟ ਦੇ ਰਾਹੀਂ ਉਹ ਮਸ਼ਰੂਮ ਨੂੰ ਆਫ ਸੀਜ਼ਨ ਯਾਨੀ ਕਿ ਗਰਮੀਆਂ ਦੇ ਵਿੱਚ ਵੀ ਉਗਾ ਰਹੇ ਨੇ। ਮੇਰੇ ਇੱਕ ਕਜ਼ਨ ਆਲਰੇਡੀ ਮਸ਼ਰੂਮ ਦਾ ਕਰ ਰਹੇ ਸੀ, ਲੇਕਿਨ ਉਹ ਕਰਦੇ ਸੀ ਸੀਜ਼ਨਲੀ, ਜਿਹੜੇ ਕਿ ਸੀਜ਼ਨ ਦੇ ਵਿੱਚ ਹੀ ਕਲਟੀਵੇਸ਼ਨ ਕਰ ਰਹੇ ਸੀਗੇ। ਮੈਂ ਉੱਥੇ ਉਹਨਾਂ ਦੀ ਵਿਜ਼ਿਟ ਕੀਤਾ, ਦੇਖਿਆ, ਮੈਨੇ ਪ੍ਰੋਜੈਕਟ ਦੇਖਿਆ, ਮੈਨੂੰ ਬਹੁਤ ਅੱਛਾ ਲੱਗਿਆ ਅਤੇ ਮੈਨੇ ਸੋਚਿਆ ਵੀ ਇਹ ਵਾਲਾ ਪ੍ਰੋਜੈਕਟ ਕਰਨ ਦੇ ਵਿੱਚ ਜ਼ਿਆਦਾ ਬੈਨੀਫਿਟ ਹੈ, ਕਿਉਂਕਿ ਇਸ ਦੀ ਕਿਤੇ ਵੀ ਕੋਈ ਪ੍ਰੋਬਲਮ ਨਹੀਂ ਆਉਂਦੀ ਸੇਲ ਕਰਨ ਦੀ। ਹਰ ਵਕਤ ਹਮੇਸ਼ਾ ਡਿਮਾਂਡ ਵੱਧਦੀ ਜਾਂਦੀ ਹੈ, ਘੱਟਦੀ ਹੈ ਨਹੀਂ। ਅਤੇ ਫਿਰ ਮੈਨੇ ਦੇਖਿਆ ਕਿ ਸੀਜ਼ਨਲੀ ਤੋਂ ਇਲਾਵਾ ਆਪਾਂ ਬਾਕੀ ਜੋ ਹੈ ਕਿੱਦਾਂ ਕਲਟੀਵੇਸ਼ਨ ਕਰ ਸਕਦੇ ਹਾਂ, ਬਾਕੀ ਦਿਨ ਕਿੱਦਾਂ ਇਹਦੀ ਗਰੋਥ ਕਰ ਸਕਦੇ ਹਾਂ। ਤਾਂ ਉਹਦੇ ਵਿੱਚ ਮੈਨੇ ਦੇਖਿਆ ਇਨਡੋਰ ਦੇ ਵਿੱਚ ਟੈਂਪਰੇਚਰ ਮੇਨਟੇਨ ਕਰਕੇ ਆਪਾਂ ਇਸ ਦੀ ਕਲਟੀਵੇਸ਼ਨ ਕਰ ਸਕਦੇ ਹਾਂ ਜੀ। ਮੇਰੇ ਦੇ ਉੱਤੇ ਖਰਚਾ ਤਕਰੀਬਨ 50 ਲੱਖ ਰੁਪਏ ਦੇ ਕਰੀਬ ਆ ਚੁੱਕਿਆ, ਅਤੇ ਜਿਸ ਦੇ ਵਿੱਚ ਇੱਕ ਕਮਰੇ ਦੇ ਵਿੱਚ ਮੇਰਾ 2600 ਬੈਗ 2600 ਬੈਗ ਆਉਂਦਾ ਗਾ। ਦੀਪਕ ਨੇ ਮਸ਼ਰੂਮ ਦੀ ਖੇਤੀ ਲਈ ਜ਼ਰੂਰੀ ਟ੍ਰੇਨਿੰਗ ਵੀ ਲਈ ਹੈ। ਮਸ਼ਰੂਮ ਜਿੰਨੇ ਕਿਲੋਗ੍ਰਾਮ ਦੀ ਲਗਾਈ ਜਾਂਦੀ ਹੈ ਉਸਦਾ 20-25% ਦੇ ਕਰੀਬ ਪੈਦਾਵਾਰ ਦੇ ਰੂਪ ਵਿੱਚ ਮਿਲਦਾ ਹੈ। ਖੇਤੀਬਾੜੀ ਮਾਹਰ ਮੁਤਾਬਕ ਆਫ ਸੀਜ਼ਨ ਵਿੱਚ ਕਿਸਾਨਾਂ ਨੂੰ ਮਸ਼ਰੂਮ ਦੀ ਖੇਤੀ ਕਰਨ ਦਾ ਕਾਫੀ ਲਾਹਾ ਮਿਲ ਸਕਦਾ ਹੈ। ਜੋ ਦੀਪਕ ਗੋਇਲ ਹੈ ਉਸਨੇ ਅਭੀ ਉਸਕੀ ਮਸ਼ਰੂਮ ਸਟਾਰਟ ਹੋ ਚੁੱਕੀ ਹੈ ਔਰ ਲਗਭਗ 125-130 ਰੁਪਏ ਕਿਲੋ ਉਸਕੀ ਮਸ਼ਰੂਮ ਵਿਕ ਰਹੀ ਹੈ। ਠੀਕ ਹੈ, ਇਸਕੇ ਇਲਾਵਾ ਅਬ ਉਹ ਜਬ ਸੀਜ਼ਨ ਆਫ ਸੀਜ਼ਨ ਹੋ ਜਾਏਗਾ, ਜਬ ਹਮਾਰੀ ਮਸ਼ਰੂਮ ਮਾਰਕੀਟ ਮੇਂ ਆਨਾ ਬੰਦ ਹੋ ਜਾਏਗੀ, ਆਮ ਮਸ਼ਰੂਮ, ਬਟਨ ਮਸ਼ਰੂਮ ਆਮ ਲੋਕੋਂ ਕੀ, ਤੋ ਵੋ ਵਾਪਸ ਇੱਕ ਦੂਸਰਾ ਲੋਟ ਜੋ ਹੈ ਵੋ ਫਰਵਰੀ ਮੇਂ ਸਟਾਰਟ ਕਰੇਗਾ, ਤੋ ਉਸਕੀ ਮਸ਼ਰੂਮ ਲਗਭਗ ਆਪਣੇ ਕਹੇਂਗੇ ਉਸਮੇਂ ਮਾਰਚ ਔਰ ਅਪ੍ਰੈਲ ਮੇਂ ਆਏਗੀ, ਤੋ ਉਸ ਟਾਈਮ ਵੀ ਉਸਕੋ ਬੜੀਆ ਪੈਸਾ ਮਿਲੇਗਾ, ਅੱਛਾ ਪੈਸਾ ਮਿਲੇਗਾ। ਅਜਿਹੇ ਹੀ ਇੱਕ ਹੋਰ ਉਦਮੀ ਨੌਜਵਾਨ ਨੇ ਹੇਮੰਤ ਪ੍ਰਕਾਸ਼ ਗੁਪਤਾ, ਇਹਨਾਂ ਨੇ ਗਾਇਨੋਡਰਮਾ ਨਾਂ ਦੀ ਖੁੰਭ ਦੀ ਇੱਕ ਹੋਰ ਕਿਸਮ ਦਾ ਪ੍ਰੋਜੈਕਟ ਲਗਾਇਆ। ਹੇਮੰਤ ਪ੍ਰਕਾਸ਼ ਮਾਈਕਰੋਬਾਇਓਲੋਜਿਸਟ ਹਨ ਅਤੇ ਉਹਨਾਂ ਨੇ ਕ੍ਰਿਸ਼ੀ ਵਿਗਿਆਨ ਕੇਂਦਰ ਤੋਂ ਇਸ ਕਿਸਮ ਦੀ ਪੈਦਾਵਾਰ ਦੀ ਟ੍ਰੇਨਿੰਗ ਵੀ ਲਈ ਹੈ। ਹੇਮੰਤ ਮਸ਼ਰੂਮ ਨੂੰ ਥੋਕ ਵਪਾਰੀਆਂ ਤੋਂ ਲੈ ਕੇ ਦਵਾਈਆਂ ਬਣਾਉਣ ਵਾਲੀਆਂ ਕੰਪਨੀਆਂ ਨੂੰ ਵੀ ਵੇਚਦੇ ਨੇ। ਹੇਮੰਤ ਮੁਤਾਬਕ ਮਸ਼ਰੂਮ ਉਗਾਉਣ ਦੇ ਵਿੱਚ ਮੁਨਾਫਾ ਕੁਆਲਿਟੀ ਉੱਤੇ ਨਿਰਭਰ ਹੈ, ਜਿੰਨੀ ਵਧੀਆ ਕੁਆਲਿਟੀ ਹੋਵੇਗੀ ਉਨਾ ਵੱਧ ਮੁਨਾਫਾ ਹੋਵੇਗਾ। ਇਸਕੋ ਹਮ ਲੋਕ ਐਕਚੁਲੀ ਜੋ ਪ੍ਰੋਡਕਸ਼ਨ ਕੇ ਬਾਅਦ ਮੇਂ ਹਮਾਰੀ ਐਸੇ ਫਾਰ ਐਗਜ਼ਾਮਪਲ ਆਪਣੇ 100 ਕਿਲੋ ਲਗਾਇਆ ਹੈ ਪ੍ਰੋਡਕਸ਼ਨ ਸਬਸਟ੍ਰੇਟ, ਤੋ ਉਸੇ 20% ਐਜ਼ ਪਰ ਡੇਟਾ ਜੋ ਹੈ ਪ੍ਰੋਡਕਸ਼ਨ ਹੋਤੀ ਹੈ। ਤੋ ਅਗਰ ਆਪਣੇ 100 ਕਿਲੋ ਲਗਾਇਆ ਹੈ ਤੋ ਹਮ ਯੇ ਮਾਨ ਸਕਤੇ ਹੈ ਕਿ 20 ਕਿਲੋ ਕਰੀਬਨ ਆਪਕੀ ਜੋ ਹੈ ਮਸ਼ਰੂਮ ਆ ਜਾਏਗੀ। ਇਸਕਾ ਰੇਟ ਐਕਚੁਲੀ ਕੁਆਲਿਟੀ ਪੇ ਡਿਪੈਂਡ ਕਰਤਾ ਹੈ ਇਸਕੀ। ਅਬ ਵੋ ਕੁਆਲਿਟੀ ਅਗਰ ਆਪਕੀ ਅੱਛੀ ਨਹੀਂ ਹੈ ਤੋ 500 ਰੁਪੀਸ ਕੇਜੀ ਸੇ ਲੈ ਕੇ ਆਪ ਯੂ ਮਾਨ ਲੀਜੀਏ, ਅਗਰ ਅੱਛੀ ਕੁਆਲਿਟੀ ਹੈ ਤੋ ਅਰਾਊਂਡ 7-8000 ਰੁਪੀਸ ਪਰ ਕੇਜੀ ਵੀ ਜਾ ਸਕਦੀ ਹੈ ਈਜ਼ੀਲੀ। ਗਾਇਨੋਡਰਮਾ ਜੋ ਹੈ ਇੱਕ ਮੈਡੀਸ਼ਨਲ ਮਸ਼ਰੂਮ ਹੈ, ਇਹ ਮਸ਼ਰੂਮ ਆਯੁਰਵੇਦਿਕ ਹੈ ਔਰ ਬਹੁਤ ਸੀ ਬਿਮਾਰੀਓ ਮੇਂ ਕਾਮ ਆਤੀ ਹੈ, ਜੈਸੇ ਯੇ ਇਮਿਊਨਿਟੀ ਸਿਸਟਮ ਕੋ ਬੜਾਤੀ ਹੈ, ਯਾਨੀ ਕਿ ਇਮਿਊਨਿਟੀ ਕੋ ਬੜਾਤੀ ਹੈ। ਦੂਸਰੀ ਬਾਤ ਇਹ ਜੋ ਗਾਇਨੋਡਰਮਾ ਹੈ ਜੋ ਡਾਇਬਿਟਿਕ ਲੋਕੋਂ ਕੇ ਲੀਏ ਇਸਕਾ ਪਾਊਡਰ ਬਹੁਤ ਅੱਛਾ ਰਹਿਤਾ ਹੈ। ਬਰਨਾਲਾ ਦੇ ਹੀ ਪਿੰਡ ਬੱਲੋਕੇ ਦੇ ਕਿਸਾਨ ਰਸ਼ਪਾਲ ਸਿੰਘ ਮਸ਼ਰੂਮ ਦੀ ਹੀ ਇੱਕ ਹੋਰ ਕਿਸਮ ਕੋਡੀਸਿਪ ਦਾ ਉਤਪਾਦਨ ਕਰਦੇ ਨੇ। ਮਸ਼ਰੂਮ ਦੀ ਇਸ ਕਿਸਮ ਨੂੰ ਵੀ ਵਾਤਾਵਰਨ ਅਨੁਕੂਲਿਤ ਹਾਲਾਤਾਂ ਦੇ ਵਿੱਚ ਮਸ਼ੀਨਾਂ 'ਤੇ ਇੱਕ ਤੈਅ ਪ੍ਰਕਿਰਿਆ ਦੀ ਮਦਦ ਦੇ ਨਾਲ ਲੈਬ ਵਿੱਚ ਤਿਆਰ ਕੀਤਾ ਜਾਂਦਾ ਹੈ। ਰਸ਼ਪਾਲ ਨੂੰ ਕੇਂਦਰ ਸਰਕਾਰ ਦੀ ਰਫ਼ਤਾਰ ਸਕੀਮ ਦੇ ਤਹਿਤ ਚੁਣ ਲਿਆ ਗਿਆ ਹੈ, ਜਿਸ ਤਹਿਤ ਸਰਕਾਰ ਵੱਲੋਂ ਹੀ ਫੰਡ ਵੀ ਮੁਹੱਈਆ ਕਰਵਾਏ ਜਾਣਗੇ ਤਾਂ ਜੋ ਇਹ ਕੋਡੀਸਿਪ ਦੇ ਉਤਪਾਦਨ ਨੂੰ ਵਧਾ ਸਕਣ। ਇਹ ਸਾਰਾ ਇਹਦੇ 'ਚ ਟਿਸ਼ੂ ਕਲਚਰ ਦਾ ਕੰਮ ਆ, ਜਿਵੇਂ ਪਿੱਛੇ ਲੈਮੀਨਰਲ ਫਲੋ ਪਿਆ ਇਹਦੇ ਵਿੱਚ ਸਾਰਾ ਟਿਸ਼ੂ ਕਲਚਰ ਹੁੰਦਾ, ਸਾਰਾ ਕੰਮ ਇਹਦੇ ਵਿੱਚ ਦੀ ਜਾਂਦਾ, ਸਟਰਲਾਈਜ਼ ਹੋ ਕੇ ਸਾਰਾ ਕੰਮ ਹੁੰਦਾ ਗਾ। ਅਤੇ ਇਹਦੀ ਉਸ ਤੋਂ ਬਾਅਦ ਉਹਦੇ ਵਿੱਚ 2 ਮਹੀਨੇ ਤਕਰੀਬਨ ਇਹਨੂੰ 20 ਟੈਂਪਰੇਚਰ 'ਤੇ 75 ਮੋਇਸਚਰ 'ਤੇ ਰੱਖਣਾ ਪੈਂਦਾ ਗਰੋ ਕਰਨ ਵਾਸਤੇ। 10 ਦਿਨਾਂ 'ਚ ਕਲਚਰ ਲਿਕੁਇਡ ਕਲਚਰ ਬਣਦਾ, ਫਿਰ 5-6 ਦਿਨਾਂ ਦੇ ਵਿੱਚ ਮਾਈਸੀਲੀਅਮ ਰਨ ਕਰਦਾ ਅੰਧੇਰੇ ਦੇ ਵਿੱਚ, ਫਿਰ ਉਸ ਤੋਂ ਬਾਅਦ ਮਤਲਬ 50-60 ਦਿਨ ਲੱਗ ਜਾਂਦੇ ਆ ਇਹਦੀ ਫੂਡ ਬੋਡੀ ਪੂਰੀ ਤਿਆਰ ਹੋਣ ਨੂੰ ਹਾਰਵੈਸਟਿੰਗ ਸਟੇਜ 'ਤੇ ਜਾਣ ਵਾਸਤੇ। ਮੇਰੀ ਸਾਲ ਦੇ ਵਿੱਚ ਪ੍ਰੋਡਕਸ਼ਨ ਹੈਗੀ ਆ 13-14 ਕਿਲੋ ਦੀ, ਅਤੇ ਮੇਰੀ ਤਕਰੀਬਨ ਨਾਲ ਦੀ ਨਾਲ ਜਿਹੜੀ ਹੈਗੀ ਆ ਸਾਰੀ ਉਹ ਵਿਕਦੀ ਰਹਿੰਦੀ ਹੈਗੀ। ਜਿਵੇਂ ਜਿਵੇਂ ਸਟੇਜ ਬਾਏ ਸਟੇਜ ਬੋਕਸ ਲੱਗੀ ਜਾਂਦੇ ਆ ਉਵੇਂ ਉਵੇਂ ਹਾਰਵੈਸਟਿੰਗ ਹੋਈ ਜਾਂਦੀ ਹੈ ਅਤੇ ਉਹ ਜਿਹੜੇ ਨਾਲ ਦੀ ਨਾਲ ਹੀ ਸੇਲ ਹੋਈ ਜਾਂਦੇ। ਮੈਂ ਇਹਨੂੰ 1 ਲੱਖ ਰੁਪਏ ਕਿਲੋ ਸੇਲ ਕਰ ਰਿਹਾ, ਮਤਲਬ ਜਿਵੇਂ 100 ਗ੍ਰਾਮ 10,000, 200 ਗ੍ਰਾਮ 20,000 ਇੱਦਾਂ। ਮਾਹਰਾਂ ਮੁਤਾਬਕ ਕੋਡੀਸਿਪ ਕਿਸਮ ਦੀ ਮੈਡੀਸਨਲ ਵੈਲਿਊ ਹੈ, ਪਰ ਇਸ ਦੇ ਉਤਪਾਦਨ ਲਈ ਪੂਰੀ ਟ੍ਰੇਨਿੰਗ ਅਤੇ ਜਾਣਕਾਰੀ ਦੀ ਲੋੜ ਹੈ। ਰਸ਼ਪਾਲ ਸਿੰਘ ਨੇ ਇੱਥੋਂ ਜਿਹੜਾ 2017 ਤੋਂ ਟ੍ਰੇਨਿੰਗ ਤੋਂ ਬਾਅਦ
कॉर्डिसेप्स मिलीटेरस का काम किया। तो ये जी मशरूम है ये मेडिसिनल पक्षों काफ़ी ज़्यादा बेनीफिटड है। तो ये मशरूम की जी मार्केट है ये तकरीबन प्रति किलो 1 लाख रुपए तो लैके 2.5 लाख रुपये तक ये विकती है। वह डिपेंड करता है यदि न्यूट्रिशनल कॉर्डिसेपन लैवल के उत्ते, जिन्ना ज़्यादा चंगा कॉर्डिसेपन लैवल होएगा उन्नी ज़्यादा यदि बैटर मार्केट होएगी तो उन्नी ज़्यादा यदि डिमांड रहेगी। इस फील्ड के लिए पहला तुम्हें प्रॉपर यदि ट्रेनिंग होनी जरूरी है। ਤੁਹਾਨੂੰ ਜਿਵੇਂ ਕਿ ਇਹਦੇ ਵਿੱਚ ਜਿਹੜੇ ਇੰਪਲੀਮੈਂਟਸ ਨੇ ਤੁਸੀਂ ਲੈਮੀਨਾਰ ਏਅਰ ਫਲੋ ਆਟੋਕਲੇਵ ਜਾਂ ਕੋਈ ਤੁਸੀਂ ਕੁੱਕਰ ਵਰਤ ਰਹੇ ਹੋ ਜਾਂ ਕੋਈ ਵੀ ਜਿਹੜੇ ਇੰਪਲੀਮੈਂਟ ਕਿਹੜੇ ਕਿਹੜੇ ਇੰਪਲੀਮੈਂਟ 'ਤੇ ਪ੍ਰੀਕੋਸ਼ਨ ਲੈਣੀ ਹੈ, ਕਿਹੜੇ ਕੈਮੀਕਲ ਨੂੰ ਕੇਲ ਨੂੰ ਕਿੰਨਾ ਕੁ ਮਿਕਸ ਕਰਨਾ, ਉਹਦੀ ਸਾਰੀ ਜਾਣਕਾਰੀ ਤੁਹਾਨੂੰ ਹੋਣੀ ਚਾਹੀਦੀ ਹੈ। ਅਤੇ ਬਾਕੀ ਕਿਸੇ ਵੀ ਨੌਜਵਾਨ ਨੇ ਇਸ ਕੰਮ ਨੂੰ ਕਰਨਾ, ਜਿਵੇਂ ਹੁਣ ਜ਼ਿਮੀਦਾਰਾਂ ਦਾ ਜਿਹੜਾ ਖੇਤਰਫਲ ਉਹ ਘੱਟ ਰਿਹਾ ਤਾਂ ਉਹ ਛੋਟੇ ਜ਼ਿਮੀਦਾਰ ਵੀ ਇਸ ਚੀਜ਼ ਨੂੰ ਕਰ ਸਕਦੇ ਹਾਂ, ਬਟ ਇਨੀਸ਼ੀਅਲ ਕੋਸਟ ਜਿਹੜੀ ਹੈ ਇਸ ਕੰਮ ਕਰਨ ਨੂੰ ਤਕਰੀਬਨ ਤੁਹਾਨੂੰ 1.5 ਤੋਂ 2 ਲੱਖ ਰੁਪਇਆ ਖਰਚਣਾ ਪਏਗਾ।